ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ 'ਚ ਹੋਗੇ, ਤੰਦਰੁਸਤ ਹੋਗੇ ਅਤੇ ਬਹੁਤ ਜ਼ਿਆਦਾ ਖੁਸ਼ ਹੋਗੇ ਅਤੇ ਦੇਹ ਹੱਸਦੇ ਵੱਸਦੇ ਰਹੋ। ਸੋ ਅੱਜ ਦੀ ਵੀਡੀਓ ਦਾ ਟੋਪਿਕ ਆਸਟ੍ਰੇਲੀਆ ਕੈਨੇਡਾ ਟੂਰਿਸਟ ਵਿਜ਼ਾ ਵੀਜ਼ਾ ਪ੍ਰੋਸੈਸ, ਇਹਦਾ ਸਕਸੈਸ ਰੇਟ PPR। ਸੋ ਕੀ ਜੋ ਇੱਕ ਬਹੁਤ ਵੱਡਾ ਹੁਣ ਪ੍ਰੋਬਲਮ ਆ ਗਈ ਜਿਹੜੀ ਹੈ ਕੈਨੇਡਾ ਅਤੇ ਇੰਡੀਆ ਦੇ ਵਿੱਚ, ਜੋ ਕਿ ਹਾਲ ਹੀ ਬਿਲਕੁਲ ਠੀਕ ਹੋ ਚੁੱਕੀ ਹੈ, ਸੋ ਵਰੀ ਕਰਨ ਦੀ ਲੋੜ ਹੈ ਜਾਂ ਨਹੀਂ। ਸੋ ਤਿੰਨ ਚਾਰ ਕੁਐਸਚਨ ਨੇ ਬੱਚਿਆਂ ਦੇ, ਸੋ ਜਿਸਦੀ ਆਪਾਂ ਡਿਸਕਸ਼ਨ ਕਰਾਂਗੇ। ਅਮਨ ਮੈਮ ਜੋ ਸਾਡੇ ਵੀਜ਼ਾ ਐਕਸਪਰਟ ਜੁੜੇ ਹੋਏ ਨੇ ਸਾਡੇ ਪਟਿਆਲਾ ਵੈਸਟ ਵਿੰਗ ਦੀ ਬ੍ਰਾਂਚ ਤੋਂ, ਸਤਿ ਸ਼੍ਰੀ ਅਕਾਲ ਸਰ। ਸੋ ਸਭ ਤੋਂ ਪਹਿਲਾਂ ਕੁਐਸਚਨ ਮੈਮ, ਸਭ ਤੋਂ ਮੇਨ ਕੁਐਸਚਨ ਹੁੰਦਾ ਹੈ ਟੂਰਿਸਟ ਵੀਜ਼ਾ ਅਤੇ ਵਿਜ਼ਟਰ ਵੀਜ਼ਾ, ਚਾਹੇ ਉਹ ਕੈਨੇਡਾ ਦਾ ਹੋ ਗਿਆ, ਚਾਹੇ ਆਸਟ੍ਰੇਲੀਆ ਦਾ ਹੋ ਗਿਆ, ਚਾਹੇ ਯੂਕੇ ਦਾ ਹੋ ਗਿਆ। ਟੂਰਿਸਟ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਦਾ ਦੋਨਾਂ 'ਚੋਂ ਕਿਹੜੀ ਕੈਟੇਗਰੀ ਦਾ ਸਕਸੈਸ ਰੇਟ ਜ਼ਿਆਦਾ ਹੈ, ਔਰ ਇਸ ਦੇ ਨਾਲ ਨਾਲ ਇਹਦਾ ਮੇਨ ਡਿਫਰੈਂਸ ਕੀ ਹੈ ਵਿਜ਼ਟਰ ਅਤੇ ਟੂਰਿਸਟ ਦਾ? ਕਿਉਂਕਿ ਬਹੁਤ ਕਈ ਸਟੂਡੈਂਟਸ ਨੂੰ ਵੀ ਨਹੀਂ ਪਤਾ ਹੁੰਦਾ, ਕਿਉਂਕਿ ਸਟੱਡੀ ਦੇ ਨਾਲ ਉਹਨਾਂ ਦਾ ਰਿਲੇਟ ਕਰਦੇ ਨੇ, ਉਹਨਾਂ ਨੂੰ ਵੀ ਸਮਝਣ ਥੋੜ੍ਹੀ ਜਿਹਾ ਮਤਲਬ ਡਿਫੀਕਲਟੀ ਆਉਂਦੀ ਹੈ, ਅਤੇ ਕਲਾਇੰਟਸ ਨੂੰ ਵੀ ਪ੍ਰੋਬਲਮ ਆਉਂਦੀ ਹੈ ਕਿ ਵੈਦਰ ਟੂ ਅਪਲਾਈ ਫਾਰ ਵਿਜ਼ਟਰ ਜਾਂ ਟੂਰਿਸਟ, ਸਾਡੀ ਟੂਰਿਸਟ ਹੈ ਜਾਂ ਵਿਜ਼ਟਰ ਹੈ। ਸੋ ਇਹ ਜ਼ਰੂਰ ਦੱਸੋ। ਸੋ ਸਰ, ਮੈਂ ਤੁਹਾਡਾ ਪਹਿਲਾਂ ਡਿਫਰੈਂਸ ਕਲੀਅਰ ਕਰਦੀ ਹਾਂ, ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਵਿੱਚ ਕੀ ਡਿਫਰੈਂਸ ਹੈ। ਟੂਰਿਸਟ ਵੀਜ਼ਾ ਉਹ ਹੁੰਦਾ ਜੇ ਤੁਹਾਡੀ ਕੋਈ ਟਰੈਵਲ ਹਿਸਟਰੀ ਹੈ, ਤੁਸੀਂ ਇੱਕ ਮਤਲਬ ਕਿਸੇ ਹੋਰ ਕੰਟਰੀ ਦੇ ਵਿੱਚ ਟਰੈਵਲ ਕਰਨਾ ਚਾਹੁੰਦੇ ਹੋ, ਬਟ ਤੁਹਾਡੀ ਜਿਹੜੀ ਟਰੈਵਲ ਹਿਸਟਰੀ ਹੈ ਉਹ ਬਹੁਤ ਅੱਛੀ ਹੈ, ਕੁਝ ਸਮੇਂ ਦੇ ਲਈ 10 to 15-20 ਡੇਜ਼ ਦੇ ਲਈ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ, ਉਹ ਟੂਰਿਸਟ ਵੀਜ਼ਾ। ਵਿਜ਼ਟਰ ਵੀਜ਼ਾ ਉਹ ਹੁੰਦਾ ਜਿਹੜੀ ਤੁਹਾਡੇ ਕੋਲ ਸਪੋਂਸਰਸ਼ਿਪ ਹੋਵੇ, ਤੁਹਾਡੇ ਚਾਹੇ ਉਹ ਬਲੱਡ ਰਿਲੇਸ਼ਨ ਦੇ ਵਿੱਚ ਹੋਵੇ, ਚਾਹੇ ਉਹ ਵਿਦਆਊਟ ਬਲੱਡ ਰਿਲੇਸ਼ਨ ਦੇ ਵਿੱਚ ਹੋਵੇ। ਜਿਹੜਾ ਸਕਸੈਸ ਰੇਟ ਹੈ ਦੋਨਾਂ ਦਾ ਡਿਫਰੈਂਟ, ਇਹਨਾਂ ਦੇ ਵਿੱਚ ਕੋਈ ਵੀ ਵਰੀ ਕਰਨ ਦੀ ਜ਼ਰੂਰਤ ਨਹੀਂ, ਸਕਸੈਸ ਰੇਟ ਇਹਨਾਂ ਦਾ ਸੇਮ ਚੱਲਦਾ ਟੂਰਿਸਟ ਅਤੇ ਵਿਜ਼ਟਰ ਵੀਜ਼ਾ। ਬਟ ਤੁਹਾਡਾ ਕੀ ਹੈ ਮੇਨ ਪਰਪਸ ਕਲੀਅਰ ਹੋਣਾ ਚਾਹੀਦਾ, ਟੂਰਿਸਟ ਦੇ ਤੁਸੀਂ ਟਰੈਵਲ ਕਰਨਾ ਚਾਹ ਰਹੇ ਹੋ ਤਾਂ ਟੂਰਿਸਟ ਦੇ ਕਿਸ ਪਰਪਸ ਦੇ ਉੱਤੇ ਜਾ ਰਹੇ ਹੋ, ਵਿਜ਼ਟਰ ਵੀਜ਼ਾ ਤੁਸੀਂ ਕਿਸ ਚੀਜ਼ ਦੇ ਲਈ ਵਿਜ਼ਿਟ ਕਰਨਾ ਚਾਹੁੰਦੇ ਹੋ। ਟੂਰਿਸਟ ਮਤਲਬ ਆਪਾਂ ਕਹਿ ਲਈਏ ਪੰਜਾਬੀ ਭਾਸ਼ਾ ਦੇ ਵਿੱਚ, ਟੂਰਿਸਟ ਹੁੰਦਾ ਹੈ ਘੁੰਮਣ, ਟੂਰਿਜ਼ਮ ਪਰਪਸ ਦੇ ਵਿੱਚ, ਬਿਲਕੁਲ ਸਰ, ਵੀ ਤੁਸੀਂ ਘੁੰਮਣ ਜਾ ਰਹੇ ਹੋ, ਬਿਲਕੁਲ। ਔਰ ਵਿਜ਼ਿਟਰ ਹੋ ਗਿਆ, ਤੁਸੀਂ ਵਿਜ਼ਿਟ ਕਰ ਰਹੇ ਹੋ, ਕਿਸੇ ਨੂੰ ਮਿਲ ਰਹੇ ਹੋ, ਪਹੁੰਚ ਕਰ ਰਹੇ ਹੋ ਕਿਸੇ ਫੈਮਿਲੀ ਫੰਕਸ਼ਨ ਦੇ ਵਿੱਚ, ਚਾਹੇ ਤੁਹਾਨੂੰ ਕੋਈ ਆਪਣਾ ਬੁਲਾ ਰਿਹਾ ਹੈ, ਚਾਹੇ ਕੋਈ ਦੂਰੋਂ ਬੁਲਾ ਰਿਹਾ, ਰਾਈਟ? ਸੋ ਇਹ ਚੀਜ਼ ਹੋਈ। ਜਿਹੜਾ ਹੁਣ ਸਰ ਅਗਲਾ ਮੇਰਾ ਕੁਐਸਚਨ ਤੁਹਾਨੂੰ ਹੈ, ਜਿਹੜੇ ਬਹੁਤ ਸਾਰੇ ਕਲਾਇੰਟਸ ਪੁੱਛਦੇ ਨੇ, ਉਹਨਾਂ ਕੋਲ ਵਿਜ਼ਿਟਰ ਵੀਜ਼ਾ ਦੀ ਸਪਾਂਸਰਸ਼ਿਪ ਹੈਗੀ ਹੈ, ਬਟ ਉਹ ਬਲੱਡ ਰਿਲੇਸ਼ਨ ਦੇ ਵਿੱਚ ਨਹੀਂ ਹੈ, ਕੀ ਉਹਦਾ ਸਕਸੈਸ ਰੇਟ ਹੈ? ਦੇਖੋ, ਉਹ ਫੈਮਿਲੀ ਸਪੌਂਸਰਡ ਵੀਜ਼ਾ ਹੁੰਦਾ, ਅਗਰ ਬਲੱਡ ਰਿਲੇਸ਼ਨ ਦੇ ਵਿੱਚ ਆਉਂਦਾ ਉਹਦਾ ਸਕਸੈਸ ਰੇਟ ਜ਼ਿਆਦਾ ਹੁੰਦਾ, ਬਿਲਕੁਲ ਸਰ। ਬਟ ਅਗਰ ਬਲੱਡ ਰਿਲੇਸ਼ਨ 'ਚੋਂ ਨਹੀਂ ਹੈਗਾ, ਸੋ ਇਹ ਡਜ਼ਨ ਮੀਨ ਕਿ ਉਹ ਫਿਰ ਵਿਜ਼ਟਰ ਵੀਜ਼ਾ ਦੀ ਬਜਾਏ ਟੂਰਿਸਟ ਵੀਜ਼ਾ ਲਗਵਾ ਲੈਣ, ਬਿਲਕੁਲ ਸਰ। ਆਪਾਂ ਇਹ ਵੀ ਨਹੀਂ ਕਹਾਂਗੇ ਵੀ ਟੂਰਿਸਟ ਵੀਜ਼ਾ ਦਾ ਸਕਸੈਸ ਰੇਟ ਨਹੀਂ, ਬਟ ਇੱਕ ਪਾਸੇ ਟੂਰਿਸਟ ਵੀਜ਼ਾ ਘੁੰਮਣ ਵਾਲਾ, ਦੂਜੇ ਪਾਸੇ ਵਿਜ਼ਟਰ ਵੀਜ਼ਾ ਹੈ, ਅਤੇ ਬਲੱਡ ਰਿਲੇਸ਼ਨ ਨਹੀਂ ਹੈਗਾ, ਬਟ ਉਹ ਆਪਾਂ ਕਹਿ ਦਈਏ ਵੀ ਤੁਹਾਡਾ ਫੈਮਿਲੀ ਮੈਂਬਰ ਨਹੀਂ ਹੈਗਾ, ਅੱਗੇ ਦੇ ਕੇ ਤੁਹਾਡਾ ਕਜ਼ਨ ਬ੍ਰਦਰ ਹੈ, ਬਿਲਕੁਲ, ਤੁਹਾਡਾ ਫੈਮਿਲੀ ਫਰੈਂਡ ਹੈ, ਨੋਨ ਵਨ ਹੈ, ਰਾਈਟ? ਸੋ ਉਹ ਤੁਹਾਨੂੰ ਬੁਲਾ ਸਕਦੇ ਨੇ, ਕੋਈ ਦਿੱਕਤ ਨਹੀਂ ਹੈਗੀ। ਬਟ ਮੇਨ ਚੀਜ਼ ਇਹ ਹੈ ਵੀ ਉਹ ਅਗਰ PR ਨੇ, ਸਿਟੀਜ਼ਨ ਨੇ, ਤੁਸੀਂ ਸਿਟੀਜ਼ਨ ਕਹਿ ਰਹੇ ਹੋ, ਰਾਈਟ? ਬਿਲਕੁਲ ਸਰ। ਉਹਨਾਂ ਦੇ ਫੰਡਸ, ਫਾਈਨੈਂਸ਼ੀਅਲਸ ਕਾਫੀ ਜ਼ਿਆਦਾ ਇੰਪੋਰਟੈਂਟ ਨੇ, ਉਹਨਾਂ ਦੀ ਜ਼ਿੰਮੇਵਾਰੀ ਤੇ ਹੀ ਇੱਥੋਂ ਦਾ ਜਿਹੜਾ ਕਲਾਇੰਟ ਜਾਊਗਾ। ਸੋ ਇਹਦੇ ਬਾਬਤ ਜਿਹੜਾ ਇੱਥੋਂ ਦਾ ਕਲਾਇੰਟ ਹੈ, ਉਦੋਂ ਜਿਹਨੂੰ ਸਪੋਂਸਰ ਕਰਨ ਵਾਲਾ ਪੱਕਾ, ਸੋ ਇੱਥੋਂ ਜਿਹੜਾ ਜਾਣ ਵਾਲਾ ਉਹ ਵੀ ਪੱਕਾ ਹੋਵੇ, ਪੱਕਾ ਇਨ ਦਾ ਸੈਂਸ ਇਹ ਨਹੀਂ ਵੀ ਇੰਡੀਆ ਦਾ ਆਧਾਰ ਕਾਰਡ ਹੋਵੇ, ਉਹਦੇ ਕੋਲ ਜ਼ਮੀਨ ਜਾਇਦਾਦ ਪ੍ਰੋਪਰ ਹੋਵੇ, ਫਾਈਨੈਂਸ਼ੀਅਲ ਵਗੈਰਾ ਵਧੀਆ ਹੋਵੇ, ਫੰਡਸ ਹੋਣ ਪ੍ਰੋਪਰ, ਅਗਰ ਉਹ ਖੇਤੀਬਾੜੀ ਕਰਦਾ ਜੇ ਫਾਰਮਸ ਪ੍ਰੋਪਰ, ਮਤਲਬ ਗਵਰਨਮੈਂਟ ਨੂੰ ਟੈਕਸ ਪੇਅਰ ਹੋਵੇ, ਗਵਰਨਮੈਂਟ ਨੂੰ ਟੈਕਸ ਪੇਅ ਕਰਦਾ ਹੋਵੇ ਵੀ ਹਾਂ ਵੀ ਉਹ ਆਪਣੇ ਇੰਡੀਆ ਦੇ ਵਿੱਚ ਰਹਿਣ ਦੇ ਕਾਬਲੀਅਤ ਰੱਖਦਾ ਹੈ। ਸੋ ਦੈਟ ਇਜ਼ ਅ ਰੀਜ਼ਨ ਕਿ ਆਪਾਂ ਉਹਨਾਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਗ੍ਰਾਂਟ ਦੇਵਾਂਗੇ, ਜੇ ਇੱਥੇ ਆਊਗਾ ਤਾਂ ਪੈਸੇ ਹੀ ਖਰਚ ਹੋਊਗਾ, ਬਿਲਕੁਲ। ਔਰ ਪੈਸੇ ਖਰਚਣ ਦੀ ਗੱਲ ਕਰੀਏ, ਅਗਰ ਕੋਈ ਇੱਥੇ ਜੋਬ ਕਰਦਾ ਉਹ ਵੀ ਅਗਲਾ ਡਿਫਾਈਨ ਕਰੂਗਾ, ਸੈਲਰੀ ਸਲਿਪਸ ਐਵਰੀਥਿੰਗ, ਫੰਡ GPF PPF FD ਵਗੈਰਾ ਜੋ ਵੀ ਪਈ ਨੂੰ ਕਿ ਐਕਸਟਰਾ ਚੀਜ਼ ਰਹੇ, ਬਟ ਬਿਗ ਫੰਡਸ ਤੋਂ ਅਵੇਅਰ ਕਰੇ ਇੱਥੋਂ। ਅਗਰ ਬਿਗ ਫੰਡਸ ਇੱਕਦਮ ਆਪਾਂ 8 lakh 10 lakh ਪਾਉਂਦੇ ਹਾਂ ਤਾਂ ਬਹੁਤ ਵੱਡਾ ਰੀਜ਼ਨ ਬਣ ਜਾਂਦਾ ਹੈ, ਮੀਨਸ ਵਧੀਆ ਟ੍ਰਾਂਜੈਕਸ਼ਨ ਹਿਸਟਰੀ ਹੋਣੀ ਚਾਹੀਦੀ ਹੈ ਤਾਂ ਕਿ ਉਹਦੇ ਫੰਡਸ ਵੀ ਇੰਨਾ ਮੈਟਰ ਨਹੀਂ ਕਰਦੇ ਹੈਗੇ, ਮੀਨਸ ਜਿਹਦੀ ਟ੍ਰਾਂਜੈਕਸ਼ਨ ਹਿਸਟਰੀ ਵਧੀਆ ਚੱਲਦੀ ਆ ਰਹੀ ਹੈ, ਅਪ ਡਾਊਨਸ ਹੋ ਰਿਹਾ ਉਹਦੇ ਅਕਾਊਂਟ ਦੇ ਵਿੱਚੋਂ, ਤਾਂ ਉਹ ਵਧੀਆ ਪ੍ਰੋਫਾਈਲ ਦੇ ਵਿੱਚ ਆਈ ਚਲਾਈ ਆਪਾਂ ਪੰਜਾਬੀ ਦੇ ਕਹਿੰਦੇ ਹਾਂ, ਤੇ ਇਹ ਵੀ ਚੀਜ਼ ਹੈ ਤੇ ਜਿਹੜਾ ਬੁਲਾ ਰਿਹਾ ਉਹ ਵੀ ਮਹੀਨੇ ਤੋਂ ਮਹੀਨਾ ਖਰਚਾ ਉਹਦਾ ਚੱਕ ਸਕਦਾ, ਕਿਉਂਕਿ ਉਹ ਚੀਜ਼ਾਂ ਆਪਾਂ ਲਿਖਾਂਗੇ। ਤੇ ਸਭ ਤੋਂ ਜ਼ਰੂਰੀ ਚੀਜ਼ ਬੁਲਾਉਣ ਵਾਲਾ ਪੱਕਾ ਕਹਿ ਲਈ ਆਪਾਂ, ਬਿਲਕੁਲ, ਅਕੋਮੋਡੇਸ਼ਨ ਇਥੋਂ ਵੀ ਸਭ ਤੋਂ ਮੇਨ ਚੀਜ਼ ਕੀ ਹੈ, ਫਾਈਲ ਪ੍ਰੈਜੈਂਟੇਸ਼ਨ ਕੌਣ ਕਰਦਾ, ਕਵਰਿੰਗ ਲੈਟਰ। ਕਈ ਵਾਰੀ ਦੋਨੋਂ ਹੀ ਕਮਜ਼ੋਰ ਚੀਜ਼ਾਂ ਹੁੰਦੀਆਂ ਨੇ, ਤੇ ਏਜੰਟ ਕੰਸਲਟੈਂਟ ਬਹੁਤ ਤੁਸੀਂ ਟੌਪ ਨੋਚ ਚੁਣ ਲੈਂਦੇ ਹੋ, ਵੀਜ਼ਾ ਆ ਜਾਂਦਾ। ਕਈ ਵਾਰੀ ਦੋਨੋਂ ਧਿਰਾਂ ਬੁਲਾਉਣ ਵਾਲਾ ਤੇ ਜਾਣ ਵਾਲਾ ਦੋਨੋਂ ਹੀ ਸਟਰੋਂਗ ਹੁੰਦੇ ਨੇ, ਤੇ ਨਤੀਜੇ ਵਜੋਂ ਵੀਜ਼ਾ ਦੇ ਰੂਪ 'ਚ ਨਾ ਬਲਕਿ ਰਿਜੈਕਸ਼ਨ ਮਿਲ ਜਾਂਦੀ ਹੈ, ਤੇ ਉਹ ਕੰਸਲਟੈਂਟ ਤੁਸੀਂ ਸਹੀ ਨਹੀਂ ਚੁਣਦੇ। ਸੋ ਉਹ ਥੋੜ੍ਹਾ ਜਿਹਾ ਚੂਜ਼ ਵਾਈਜ਼ਲੀ ਤੁਸੀਂ। PPR ਨੂੰ ਲੈ ਕੇ ਵੀ ਕਾਫੀ ਜ਼ਿਆਦਾ ਸਵਾਲ ਚੱਲਦੇ ਨੇ ਬੱਚਿਆਂ ਦੇ ਮਨ 'ਚ। ਸੋ PPR ਪ੍ਰੋਸੈਸਿੰਗ ਟਾਈਮ ਕੀ ਹੈ, ਜੋ ਹੁਣ ਦਾ ਜੋ ਸਮਾਂ ਚੱਲ ਰਿਹਾ, ਕੀ ਪ੍ਰੋਸੈਸਿੰਗ ਟਾਈਮ ਹੈ? ਜਿਹੜਾ ਕੈਨੇਡਾ ਦਾ PPR ਪ੍ਰੋਸੈਸਿੰਗ ਟਾਈਮ ਹੈ ਸਰ, ਸੇਮ ਐਜ਼ ਇਟ ਇਜ਼
ਮਤਲਬ ਇਸ ਚੀਜ਼ ਦਾ ਕੋਈ ਵੀ ਇੰਪੈਕਟ ਨਹੀਂ ਪੈਂਦਾ ਹੈਗਾ ਵੀ ਤੁਹਾਡੀ ਫਾਈਲ ਕੀ ਟੂਰਿਸਟ ਦੇ ਵਿੱਚ ਕਾਊਂਟ ਹੋ ਰਹੀ ਹੈ ਜਾਂ ਵਿਜ਼ਟਰ ਵੀਜ਼ਾ ਦੇ ਵਿੱਚ ਕਾਊਂਟ ਹੋ ਰਹੀ ਹੈ। ਕੈਨੇਡਾ ਦੇ ਵਿੱਚ ਵੀ ਜੋ ਪ੍ਰੋਸੈਸਿੰਗ ਟਾਈਮ ਡਿਸਪਿਊਟ ਤੋਂ ਪਹਿਲਾਂ ਚੱਲ ਰਿਹਾ ਸੀ ਟੂਰਿਸਟ ਵਿਜ਼ਟਰ ਨੂੰ ਵੀਜ਼ਾ ਨੂੰ ਲੈ ਕੇ ਉਹੀ ਹੁਣ ਚੱਲ ਰਿਹਾ। ਆਸਟ੍ਰੇਲੀਆ ਦੇ ਵਿੱਚ ਇੱਕ ਡਿਫਰੈਂਸ ਇਹ ਹੈ ਵੀ ਜੇ ਤੁਸੀਂ ਆਪਣੀ ਫਾਈਲ ਫਾਸਟ ਟਰੈਕ ਦੇ ਵਿੱਚ ਲਾਉਂਦੇ ਹੋ ਤਾਂ ਤੁਹਾਡਾ ਵੀਜ਼ਾ ਵਿਦ ਇਨ 1 ਡੇ ਦੇ ਵਿੱਚ ਆਉਂਦਾ ਹੈ। ਸੋ ਨੈਕਸਟ ਕੁਐਸਚਨ ਮੇਰਾ ਸਰ ਤੁਹਾਨੂੰ ਹੈ, ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ ਔਰ ਟੂਰਿਸਟ ਵੀਜ਼ਾ ਦਾ ਸਕਸੈਸ ਰੇਟ ਕੀ ਚੱਲ ਰਿਹਾ ਆਫਟਰ ਡਿਸਪਿਊਟ? ਬਹੁਤ ਸਾਰੇ ਕਲਾਇੰਟਸ ਇਸ ਚੀਜ਼ ਨੂੰ ਲੈ ਕੇ ਵਰੀ ਕਰ ਰਹੇ, ਫਾਈਲਸ ਨਹੀਂ ਲਗਾ ਰਹੇ ਕੈਨੇਡਾ ਦੀ, ਖਾਸ ਕਰਕੇ ਵੀ ਮਤਲਬ ਜੋ ਡਿਸਪਿਊਟ ਤੋਂ ਬਾਅਦ ਕਿਤੇ ਉਹਨਾਂ ਦਾ ਰਿਫਿਊਜ਼ਲ ਨਾ ਆ ਜਾਏ ਜਾਂ ਉਹਨਾਂ ਦੀ ਫਾਈਲ ਪੈਂਡਿੰਗ ਦੇ ਵਿੱਚ ਨਾ ਪੈ ਜਾਏ। ਦੇਖੋ ਉਹ ਵੀਡੀਓ ਮੈਮ ਆਪਾਂ ਕਾਫੀ ਬਣਾਈਆਂ ਨੇ ਤੇ ਬਿਲਕੁਲ ਸਰ, ਬਾਕੀ ਹੋਰ YouTube ਤੇ ਬੈਠੇ ਨੇ ਜਿਹੜੇ ਬਹੁਤ ਮੁਬਾਰਕਬਾਦ ਦੇਣਾ, ਬਹੁਤ ਅੱਛਾ ਕੰਮ ਕਰਦੇ ਨੇ। ਮੈਂ ਦੇਖੀਆਂ ਨੇ 2-4 ਏਜੰਟਸ ਦੀਆਂ ਜੋ ਕਿ ਇੱਕ ਵਧੀਆ ਤੌਰ ਤੇ ਕਿ ਸਹੀ ਗਾਈਡੈਂਸ ਦਿੰਦੇ ਨੇ, ਅਵੇਅਰ ਕਰਦੇ ਨੇ, ਅਵੇਅਰ ਕਰਦੇ ਨੇ ਜਸਟ ਫॉर द ਸੇਕ ਆਫ ਕਿ ਬੱਚਿਆਂ ਦਾ ਭਵਿੱਖ ਬਣੇ ਰਹੇ। ਕਮਾਈ ਇੱਕ ਡਿਫਰੈਂਟ ਪਾਰਟ ਹੈ ਤੇ ਵਿਜ਼ਟਰ ਟੂਰਿਸਟ ਦਾ ਅਗੇਨ ਚੰਗਾ ਕੰਸਲਟੈਂਟ ਚੁਣੋ, PPR ਲਾਈਕ ਯੂ ਆਲਰੇਡੀ ਟੋਲਡ ਬਿਫੋਰ ਕਿ ਪ੍ਰਾਇਰ ਤੁਸੀਂ ਦੱਸ ਕੇ ਹਟੇ ਹੋ ਕਿ ਇਹ ਜਿਹੜਾ ਹੈਗਾ ਸਕਸੈਸ ਰੇਟ ਥੋੜ੍ਹਾ ਜਿਹਾ ਪ੍ਰੋਬਲਮ ਪੈਂਦੀ ਸੀ, ਬਟ ਇਹ ਸੀਗਾ ਵੀ ਜਿਨ੍ਹਾਂ ਦਾ ਰਿਜ਼ਲਟ 10-15 ਦਿਨਾਂ 'ਚ ਆ ਰਿਹਾ ਸੀ ਉਹਨਾਂ ਦਾ ਮਹੀਨੇ ਕੁ ਤੱਕ ਹੈ, ਕਿਉਂਕਿ ਇਹ ਪ੍ਰੋਬਲਮ ਕਾਫੀ ਜ਼ਿਆਦਾ ਅਗਰ ਲੰਬੀ ਜੂਝਦੀ ਕੋਵਿਡ ਦੇ ਤਰੀਕੇ ਨਾਲ, ਖੁਦਾ ਨਾ ਖਾਸਾ ਜੀ ਉਹ ਚੀਜ਼ ਨਹੀਂ ਸੋਚਦੇ ਆਪਾਂ, ਅਗਰ ਉਹ ਜ਼ਿਆਦਾ ਲੰਬੇ ਟਾਈਮ ਲਈ ਹੁੰਦੀ ਫਿਰ ਆਪਾਂ ਚੀਜ਼ਾਂ ਫੇਸ ਕਰ ਸਕਦੇ ਸੀ। ਬਟ ਉਹੀ ਹੈ ਜਿਹੜੇ ਡੈਲੀਗੇਟ ਚਲੇ ਗਏ, ਬਾਕੀ ਜਿਹੜੇ ਹੈਗੇ ਨੇ ਉਹੀ ਤਾਂ ਹੈ ਵੀ ਜਿਹੜਾ ਇਹ ਥੋੜ੍ਹਾ ਜਿਹਾ ਪ੍ਰੈਸ਼ਰ ਤਾਂ ਬਣਿਆ ਪਿਆ, ਬਟ ਬਾਕੀ ਸਕਸੈਸ ਰੇਟ ਤੁਹਾਡੀ ਫਾਈਲ SDS ਕੈਟੇਗਰੀ ਹੈ, ਨੋਨ SDS ਕੈਟੇਗਰੀ ਹੈ, PPR ਜੋ ਵੀ ਹੈ ਉਹ ਪ੍ਰੋਸੈਸ ਚੱਲਦਾ ਰਹਿੰਦਾ ਹੈ। ਬਟ ਇਹ ਵੀ ਚੀਜ਼ ਅਗਰ 4 ਫਾਈਲਾਂ ਲਗਾਈਆਂ, ਅਗਰ 3 ਦਾ ਵੀਜ਼ਾ 10 ਦਿਨਾਂ 'ਚ ਆ ਗਿਆ ਜ਼ਰੂਰੀ ਨਹੀਂ ਕਿ ਚੌਥੇ ਦਾ ਵੀ 10 ਦਿਨਾਂ 'ਚ ਆ ਜਾਵੇ, ਉੱਤੇ ਪ੍ਰੈਸ਼ਰ ਬੱਚਾ ਆਪ ਨਾ ਲਵੇ, ਏਜੰਟ ਨੂੰ ਪ੍ਰੈਸ਼ਰ ਨਾ ਦੇਵੇ, ਕਿਉਂਕਿ ਏਜੰਟ ਨੂੰ ਜ਼ਿਆਦਾ ਫਾਇਦਾ ਕਿ ਤੁਹਾਨੂੰ ਪਹਿਲਾਂ ਭੇਜਣ 'ਚ। ਬਿਲਕੁਲ ਸਰ, ਤਾਂ ਸਕਸੈਸ ਰੇਟ ਡਜ਼ਨਟ ਮੈਟਰ, ਮੈਟਰ ਇਜ਼ ਵਟ ਯੂਅਰ ਤੁਹਾਡੀ ਪ੍ਰੋਫਾਈਲ ਮੈਟਰ ਕਰਦੀ ਹੈ। ਸੋ ਕਿਹੜੇ ਏਜੰਟ ਕੰਸਲਟੈਂਟ ਤੋਂ ਪ੍ਰੋਫਾਈਲ ਲਵਾਉਂਦੇ ਹੋ, ਪ੍ਰੋਪਰ ਨੌਲੇਜ ਰੱਖ ਕੇ ਫਾਈਲ ਲਵਾਓ। ਸੋ ਇਸ ਆਲ ਇਨ ਆਲ ਮਤਲਬ 5.5 SDS ਨੌਨ SDS ਕੈਟੇਗਰੀ ਬਾਰੇ ਸਾਰੀ ਜਾਣਕਾਰੀ ਦਿੱਤੀ ਹੋਈ ਹੈ, ਟੂਰਿਸਟ ਵਿਜ਼ਟਰ ਬਾਰੇ ਉੱਥੇ ਤੁਸੀਂ ਜੋ ਵੀ ਹੈ ਸਾਰੀਆਂ ਚੀਜ਼ਾਂ ਦੇਖ ਸਕਦੇ ਹੋ। ਇਨ ਦਾ ਐਂਡ ਸਰ ਮਤਲਬ ਫੰਡਸ ਟੂਰਿਸਟ ਵਿਜ਼ਟਰ ਵੀਜ਼ਾ ਦੇ ਵਿੱਚ ਮਤਲਬ ਓਲਡ ਫੰਡ ਹੋਣੇ ਚਾਹੀਦੇ ਆ, ਨਿਊ ਫੰਡਸ ਹੋਣੇ ਚਾਹੀਦੇ ਆ ਜਿਹੜੀ ਇਹ ਪ੍ਰੋਫਾਈਲ ਨੂੰ ਸਟਰੋਂਗ ਕਰਦੇ ਨੇ? ਮੈਮ ਦੇਖੋ ਸਭ ਤੋਂ ਪਹਿਲੀ ਗੱਲ, ਫੰਡਸ ਆਪਾਂ ਕਹਿ ਦਈਏ ਵੀ 1 ਲੱਖ ਤਾਂ ਆਪਾਂ ਇਕੱਠੇ ਨਾ ਧਰੀਏ, ਫੰਡਸ ਚਾਹੇ 3-4 ਲੱਖ 'ਚ ਵੀ ਵੀਜ਼ਾ ਆ ਜਾਂਦਾ, 12-15 ਲੱਖ 'ਚ ਵੀ ਰਿਜੈਕਸ਼ਨ ਹੋ ਜਾਂਦੀ ਹੈ। ਬਿਲਕੁਲ, ਫੰਡ ਡਿਪੈਂਡ ਕਰਦਾ ਬੱਚੇ ਕੋਲ ਫੰਡ ਆਏ ਕਿੱਥੋਂ, ਕਲਾਇੰਟ ਕੋਲ ਫੰਡ ਆਏ ਕਿੱਥੋਂ, ਚਾਹੇ ਉਹ ਸਟੂਡੈਂਟ ਹੈ ਚਾਹੇ 90 ਦਿਨ 93 ਦਿਨ ਬੱਚਾ ਪੁਰਾਣੇ ਕਰਦਾ, ਸੋਰਸ ਆਫ ਇਨਕਮ ਕੀ ਹੈ, ਆਪਾਂ ਸੋਰਸ ਆਫ ਇਨਕਮ ਕੀ ਕਰਦੇ ਹਾਂ, ਅੱਜ ਹੀ 2 ਦਿਨਾਂ ਦੇ ਵਿੱਚ ਆਪਾਂ ITR ਸ਼ੋਅ ਕਰਦੇ ਹਾਂ, ਉੱਥੇ ਆਪਾਂ 8 ਲੱਖ ਤੇ 10 ਲੱਖ ਕਰਦਾ। ਬਿਗ ਫੰਡ ਇਜ਼ ਦਾ ਮੇਨ ਰੀਜ਼ਨ ਬਿਹਾਈਂਡ ਆਸਟ੍ਰੇਲੀਆ ਐਂਡ ਕੈਨੇਡਾ ਰਿਜੈਕਸ਼ਨ, ਤਾਂ ਉਹ ਚੀਜ਼ਾਂ ਦਾ ਧਿਆਨ ਰੱਖੋ। ਇਹ ਕੰਸਲਟੈਂਟ ਦੱਸੂਗਾ ਵੀ ਖਾਤੇ 'ਚ ਪੈਸੇ ਰੱਖਣੇ ਨੇ ਕਿ ਨਹੀਂ, ਕਰਨੇ ਕਿਵੇਂ, ਐਡਜਸਟ ਕਰਨਾ ਕਿਵੇਂ, ਟ੍ਰਾਂਜੈਕਸ਼ਨਸ ਕਰਨੀਆਂ, ਕਿੱਦਾਂ ਟ੍ਰਾਂਜੈਕਸ਼ਨਸ ਕਰਨੀਆਂ ਨੇ। ਅਗਰ ਇੱਕ ਵਾਰੀ ਰਿਜੈਕਸ਼ਨ ਆ ਗਈ ਤਾਂ ਪ੍ਰੋਫਾਈਲ ਵਿਗੜ ਜਾਂਦੀ ਹੈ, ਫਿਰ ਆਪਾਂ ਦੂਜਾ ਮੂਹਾ ਕਰਦੇ ਹਾਂ ਦੂਜੀ ਕੰਟਰੀਜ਼ ਵੱਲ, ਜਿੱਧਰ ਬੱਚੇ ਦਾ ਰੁਝਾਨ ਨਹੀਂ ਹੁੰਦਾ ਨਾ ਹੀ ਪੇਰੈਂਟ ਦਾ ਰੁਝਾਨ ਹੁੰਦਾ। ਬਿਲਕੁਲ ਬਿਲਕੁਲ, ਹਾਂ ਠੀਕ ਹੈ। ਸੋ ਇਹ ਸੀ ਸਾਡੀ ਡਿਸਕਸ਼ਨ ਦਾ ਐਂਡ, ਜੋ ਕਿ 5-6 ਕੁਐਸਚਨ ਸੀਗੇ ਸਟੂਡੈਂਟਸ ਦੇ। ਸੋ ਇਸੇ ਵੀਡੀਓ ਦੇ ਨੀਚੇ ਤੁਸੀਂ ਕੁਐਸਚਨ ਪੁੱਛਦੇ ਰਹੋ ਕਿਸੇ ਵੀ ਵੀਜ਼ਾ ਕੈਟੇਗਰੀ ਬਾਰੇ, ਸੋ ਕੈਨੇਡਾ, ਆਸਟ੍ਰੇਲੀਆ, UK ਬਾਰੇ ਜੋ ਵੀ ਤੁਹਾਡੇ ਮਨ 'ਚ ਸਵਾਲ ਹੋਣ, ਨੈਕਸਟ ਵੀਡੀਓ 'ਚ ਤੁਹਾਨੂੰ ਜ਼ਰੂਰ ਦੱਸਿਆ ਜਾਊਗਾ। ਅਤੇ ਮੇਰੇ ਨਾਲ ਸੀਗੇ ਅਮਨ, ਐਕਸਪਰਟ ਵੀਜ਼ਾ ਕੰਸਲਟੈਂਟ ਨੇ। ਸੋ ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ ਅਤੇ ਸਟੱਡੀ ਵੀਜ਼ਾ ਦੀ ਫਾਈਲਿੰਗ ਖੁਦ ਲਗਾਉਂਦੇ ਨੇ ਸਾਡੀ ਪਟਿਆਲਾ ਬ੍ਰਾਂਚ ਦੇ। ਇਹਨਾਂ ਨਾਲ ਜਦੋਂ ਮਰਜ਼ੀ ਅਪੁਆਇੰਟਮੈਂਟ ਬੇਸ 'ਤੇ ਮਿਲ ਸਕਦੇ ਹੋ। ਬਾਕੀ ਨੈਕਸਟ ਵੀਡੀਓ 'ਚ ਗੱਲ ਕਰਾਂਗੇ, ਟਿਲ ਦੈਨ ਟੇਕ ਕੇਅਰ, ਰੱਬ ਰੱਖਾ। ਥੈਂਕ ਯੂ।